ਦਿੱਲੀ ਦੇ ਵਿੱਚ 900 ਕਰੋੜ ਰੁਪਏ ਦੀ ਕੋਕੀਨ ਬਰਾਮਦ ਹੋਈ ਐ ਐਨਸੀਬੀ ਨੇ 82 ਕਿਲੋ ਤੋਂ ਵੱਧ ਕੋਕੀਨ ਜ਼ਬਤ ਕੀਤਾ ਹੈ ਦੋ ਮੁਲਜ਼ਮ ਲੋਕੇਸ਼ ਚੋਪੜਾ ਅਤੇ ਅਵਸ਼ੇਦ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਹਮਦਾਬਾਦ ਅਤੇ ਸੋਨੀਪਟ ਤੋਂ ਨਸ਼ਾ ਲਿਆਂਦਾ ਗਿਆ ਸੀ ਦਿੱਲੀ ਦੇ ਵਿੱਚ ਵੱਡੀ ਜਿਹੜੀ ਕਿ ਸਫਲਤਾ ਹੱਤ ਲੱਗੀ ਹੈ 82 ਕਿਲੋ ਤੋਂ ਵੱਧ ਕੋਕੀਨ ਬਰਾਮਦ ਕੀਤੀ ਗਈ ਹੈ ਸੋ so 900 ਕਰੋੜ ਰੁਪਏ ਦੀ ਕੋਕੀਨ ਜਿਹੜੀ ਕਿ ਦਿੱਲੀ ਵਿੱਚ ਬਰਾਮਦ ਕੀਤੀ ਹੈ ਤੇ 82 ਕਿਲੋ ਤੋਂ ਵੱਧ ਐਨਸੀਬੀ ਦੇ ਵੱਲੋਂ ਇਹ ਵੱਡੀ ਰੇਡ ਕੀਤੀ ਅਤੇ ਇੱਕ ਕੋਕੀਨ ਬਰਾਮਦ ਕੀਤੀ ਹੈ ਦੋ ਮੁਲਜ਼ਮ ਵੀ ਪੁਲਿਸ ਜਿਹੜੀ ਕਿ ਆ ਚੁੱਕੇ ਨੇ ਲੋਕੇਸ਼ চোপੜਾ ਅਤੇ ਅਵਦੇਸ਼ ਯਾਦਵ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਦੋ ਮੁਲਜ਼ਮ ਨੇ ਪੁਲਿਸ ਜਿਹੜੀ ਕਿ ਆ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਇਸ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਸੀ 82 ਕਿਲੋ ਤੋਂ ਵੱਧ ਕੋਕੀਨ ਜਿਹੜੀ ਕਿ ਬਰਾਮਦ ਹੋਈ ਹੈ ਜਿਸ ਦੀ ਕੀ ਮਾਰਕੀਟ ਦੇ ਵਿੱਚ 900 ਕਰੋੜ ਰੁਪਏ ਦੀ ਕੀਮਤ ਹੈ ਸੋ ਵੱਡੀ ਸਫਲਤਾ ਦਿੱਲੀ ਪੁਲਿਸ ਨੂੰ ਐਨਸੀਬੀ ਨੇ 82 ਕਿਲੋ ਤੋਂ ਵੱਧ ਕੋਕੀਨ ਜ਼ਬਤ ਕੀਤੀ ਹੈ 900 ਕਰੋੜ ਰੁਪਏ ਦੀ ਕੋਕੀਨ ਜਿਹੜੇ ਕੀ ਇਹ ਜ਼ਬਤ ਹੋਈ ਹੈ ਸੋ ਦੋ ਮੁਲਜ਼ਮ ਵੀ ਪੁਲਿਸ ਜਿਹੜੀ ਕੀ ਆ ਚੁੱਕੇ ਨੇ ਦੋ ਮੁਲਜ਼ਮ ਜਿਹੜੇ ਕੀ ਨਸ਼ੇ ਦੀ ਤਸਕਰੀ ਕਰਦੇ ਸਨ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਸੋ ਅਹਮਦਾਬਾਦ ਅਤੇ ਸੋਨੀਪット ਤੋਂ ਨਸ਼ਾ ਲਿਆਂਦਾ ਗਿਆ ਸੀ ਦਿੱਲੀ ਦੇ ਵਿੱਚ ਜਿਹੜੇ ਕੀ ਹੁਣ ਦੋ ਮੁਲਜ਼ਮ ਪੁਲਿਸ ਜਿਹੜੀ ਕੀ ਆ ਚੁੱਕੇ ਨੇ 900 ਕਰੋੜ ਰੁਪਏ ਦੀ ਕੋਕੀਨ ਜੜਕਿਓ ਬਰਾਮਤ ਹੋਈ ਹੈ